ਦਿਲਜੀਤ ਸਿੰਘ ਦੇ ਪਹਿਲੇ ਗੁਰੂ ਹਨ ਤੇ ਉਹਨਾਂ ਦਾ ਜਨਮ ਦਿਨ ਅੱਜ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਸਤਿਗੁਰੂ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ, ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ। ਫਤਿਹ ਪ੍ਰਵਾਨ ਕਰਨਾ, ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅੱਜ ਗੁਰਪੁਰਬ ਹੈ ਅਤੇ ਨਿਊਜ਼ 18 ਪੰਜਾਬ ਦੀ ਪੂਰੀ ਟੀਮ ਵੱਲੋਂ ਤੁਹਾਨੂੰ ਸਾਰਿਆਂ ਨੂੰ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ। ਅਤੇ ਇਸੇ ਦੇ ਨਾਲ ਹੀ ਗੁਰੂ ਨਾਨਕ ਦੇਵ ਜੀ ਨੇ ਇੱਕ ਸਰਬਕਾਲੀ ਸੁਨੇਹਾ ਦਿੱਤਾ ਸੀ ਸੰਗਤਾਂ ਨੂੰ ਕਿ ਨਾਮ ਜਪੋ, ਵੰਡ ਛਕੋ ਅਤੇ ਕੀਰਤ ਕਰੋ। ਇਸੇ ਸੁਨੇਹੇ ਦੇ ਨਾਲ ਆਪਾਂ ਅੱਗੇ ਵੱਧਦੇ ਹਾਂ ਅਤੇ ਸੰਗਤਾਂ ਨਾਲ ਗੱਲਬਾਤ ਕਰਦੇ ਹਾਂ ਅਤੇ ਗੁਰਪੁਰਬ ਦਾ ਆਨੰਦ ਮਾਣਦੇ ਹਾਂ। ਨਤਮਸਤਕ ਹੋਣ ਆਏ ਹੋ, ਬਹੁਤ ਵਧੀਆ ਭਾਗਾਂ ਵਾਲਾ ਦਿਨ ਹੈ ਅਤੇ ਕੀ ਕਹਿਣਾ ਚਾਹੁੰਦੇ ਹੋ? ਮੈਂ ਤਾਂ ਬਸ ਇਹੀ ਕਹਿਣਾ ਚਾਹੁੰਦੀ ਹਾਂ ਕਿ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਪਹਿਲੇ ਗੁਰੂ ਹਨ ਅਤੇ ਉਹਨਾਂ ਦਾ ਜਨਮ ਦਿਨ ਅੱਜ ਬੜੀ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ। ਅਤੇ ਗੁਰੂ ਨਾਨਕ ਦੇਵ ਜੀ ਨੇ ਸਿਰਫ ਇੱਕ ਧਰਮ ਦੇ ਵਾਸਤੇ ਨਹੀਂ ਦੱਸਿਆ, ਉਹਨਾਂ ਨੇ ਸਾਰੇ ਧਰਮਾਂ ਦੇ ਵਾਸਤੇ ਸਾਰੇ ਧਰਮਾਂ ਦਾ ਆਦਰ ਮਾਨ ਸਤਿਕਾਰ ਕੀਤਾ ਹੈ। ਅਤੇ ਉਹਨਾਂ ਨੇ 20 ਰੁਪਏ ਦਾ ਲੰਗਰ ਛਕਾ ਕੇ ਸਾਰੇ ਪਾਸੇ ਸਾਰਿਆਂ ਨੂੰ ਲੰਗਰ ਛਕਾਇਆ ਅਤੇ ਅੱਜ ਵੀ ਤੁਸੀਂ ਦੇਖਦੇ ਹੋ ਸਾਡੇ ਪਿੱਛੇ 20 ਰੁਪਏ ਦਾ ਲੰਗਰ ਅੱਜ ਵੀ ਸਾਰਿਆਂ ਨੂੰ ਦਿੱਤਾ ਜਾਂਦਾ ਹੈ, ਛਕਾਇਆ ਜਾਂਦਾ ਹੈ। ਇੱਥੇ ਇਹ ਨਹੀਂ ਕਿ ਇਕੱਲੇ ਸਿੱਖਾਂ ਲਈ ਲੰਗਰ ਵਰਤਾਇਆ ਜਾਂਦਾ ਹੈ, ਇੱਥੇ ਹਿੰਦੂ ਧਰਮ, ਈਸਾਈ, ਕੋਈ ਵੀ ਧਰਮ ਦਾ ਕੋਈ ਵੀ ਵਿਅਕਤੀ ਆ ਕੇ ਇਸ ਨੂੰ ਛਕ ਸਕਦਾ ਹੈ। ਅਤੇ ਗੁਰੂ ਨਾਨਕ ਦੇਵ ਜੀ ਨੇ ਇਹ ਨਹੀਂ ਕਿਹਾ ਕਿ ਇਕੱਲੇ ਸਿੱਖ ਧਰਮ ਨੂੰ ਮੰਨੋ ਜਾਂ ਕਿਸੇ ਨੂੰ ਵੀ ਮੰਨੋ, ਉਹਨਾਂ ਨੇ ਕਿਹਾ ਕਿ ਹਰੇਕ ਇਨਸਾਨ ਦੇ ਅੰਦਰ ਹਮਦਰਦੀ ਦੀ ਭਾਵਨਾ ਹੋਣੀ ਚਾਹੀਦੀ ਹੈ, ਹਰੇਕ ਨੂੰ ਪਿਆਰ ਨਾਲ ਗੱਲ ਕਰਨਾ ਚਾਹੀਦਾ ਸਾਨੂੰ, ਅਤੇ ਹਰੇਕ ਦੇ ਦੁੱਖ ਦਰਦ ਨੂੰ ਸਮਝਣਾ ਚਾਹੀਦਾ ਹੈ। ਸਤਨਾਮ ਜੀ ਭਾਈ। ਸਾਡੇ ਨਾਲ ਇੱਕ ਮਾਤਾ ਜੀ ਨੇ, ਉਹ 90 ਸਾਲ ਤੋਂ ਉੱਪਰ ਨੇ ਅਤੇ ਉਹ ਬਹੁਤ ਹੀ ਸ਼ਰਧਾ ਭਾਵਨਾ ਨਾਲ ਸੇਵਾ ਕਰ ਰਹੇ ਨੇ ਅਤੇ ਉਹਨਾਂ ਨਾਲ ਆਪਾਂ ਗੱਲ ਕਰਦੇ ਹਾਂ। ਸਤਿ ਸ਼੍ਰੀ ਅਕਾਲ ਮਾਤਾ ਜੀ। ਸਤਿ ਸ਼੍ਰੀ ਅਕਾਲ। ਕੀ ਕਹਿਣਾ ਪੁੱਤ? ਨਾਮ ਕੀ ਹੈ ਤੁਹਾਡਾ? ਮੇਰੇ ਨਾਮ, ਹਾਂਜੀ, ਕ੍ਰਿਸ਼ਨ ਕੌਰ। ਅਤੇ ਤੁਹਾਡੀ ਉਮਰ ਕਿੰਨੀ ਹੋ ਗਈ ਆ? ਉਮਰ ਦਾ ਪਤਾ ਹੀ ਨਹੀਂ। ਅੱਛਾ ਜੀ, ਮੈਨੂੰ ਦੱਸਿਆ ਤੁਹਾਡੇ ਨਾਲ ਜੋ ਆਏ ਆ ਉਹਨਾਂ ਨੇ ਕਿਹਾ ਕਿ 90 ਸਾਲ ਤੋਂ ਉੱਤੇ ਉਮਰ ਹੈ, ਅਤੇ ਤੁਸੀਂ ਕਿੰਨੇ ਸਾਲਾਂ ਤੋਂ ਆ ਰਹੇ ਹੋ ਇੱਥੇ ਸੇਵਾ ਕਰਨ? ਬਹੁਤ ਦੇਰ ਕੇ, ਮੇਰੀਆਂ ਦੁਕਾਨਾਂ ਵੀ ਹੈ ਮੇਰੇ। ਅੱਛਾ ਜੀ, ਅੱਜ ਗੁਰਪੁਰਬ ਹੈ, ਕਿੱਦਾਂ ਲੱਗ ਰਿਹਾ? ਮੇਰੀ ਸੋਹਣਾ ਨਹੀਂ ਵਾ, ਬਹੁਤ ਸੋਹਣਾ ਲੱਗ ਰਿਹਾ। ਹਾਂਜੀ, ਬੜਾ ਅੱਛਾ ਲੱਗ ਰਿਹਾ, ਬਹੁਤ ਅੱਛਾ। ਕਿੰਨੇ ਦਿਨਾਂ ਤੋਂ ਸੇਵਾ ਕਰ ਰਹੇ ਹੋ? ਬਸ ਆਈ ਹੋ ਜਹਾਂ, ਮੈਂ ਤਾਂ ਬੈਠੀ ਹੋ। ਕਿੰਨੇ ਦਿਨਾਂ ਤੋਂ ਸੇਵਾ ਕਰ ਰਹੇ ਹੋ? ਰੋਜ਼ ਆ ਜਾਂਦੇ ਹਾਂ। ਹਾਂ, ਮੈਂ ਵੀ ਆ ਜਹਾਂ, ਲੇਖਾ ਵਾਲਾ ਦਾ ਤੁਸੀਂ ਸ਼ਬਦ ਵੀ ਗਾ ਲੈਂਦੇ ਹੋ। ਹਾਂ, ਸ਼ਬਦ ਸੁਣਾ ਦਿਓ, ਵਧੀਆ ਜਿਹਾ ਸਕੂਨ ਮਿਲੇ ਜਿਹਦੇ ਨਾਲ। ਅੱਛਾ, ਸਤਿਗੁਰ ਮੇਰੇ ਕਰਮ ਹੱਥ ਤੇਰੇ, ਕਰਮ ਹੱਥ ਤੇਰੇ, ਤੂੰ ਸੋਹਣੇ ਮੇਰੇ ਲੇਖ ਲਿਖ ਦੇ, ਮੇਰੇ ਪੈਰਾਂ ਉੱਤੇ ਆਣਾ ਲਿਖ ਦੇ, ਮੇਰੇ ਹੱਥਾਂ ਉੱਤੇ ਸੇਵਾ ਲਿਖ ਦੇ, ਸੇਵਾ ਕਰੀਏ ਕਦੇ ਨਾ ਮੈਂ ਥੱਕਾਂ, ਕਦੇ ਨਾ ਮੈਂ ਹਾਰ, ਤੂੰ ਸੋਹਣੇ ਮੇਰੇ ਲੇਖ ਲਿਖ ਦੇ, ਸਤਿਗੁਰ ਮੇਰੇ ਕਲਮ ਹੱਥ ਤੇਰੇ, ਕਲਮ ਹੱਥ ਤੇ, ਤੂੰ ਸੋਹਣੇ ਮੇਰੇ ਲੇਖ ਲਿਖ ਦੇ, ਮੇਰੇ ਪੈਰਾਂ ਉੱਤੇ ਆਣਾ ਲਿਖ ਦੇ, ਮੇਰੇ ਹੱਥਾਂ ਉੱਤੇ ਸੇਵਾ ਲਿਖ ਦੇ, ਸੇਵਾ ਕਰੀਏ ਕਦੇ ਨਾ ਮੈਂ ਥੱਕਾਂ, ਕਦੇ ਨਾ ਮੈਂ ਹਾਰਾਂ, ਤੂੰ ਸੋਹਣੇ ਮੇਰੇ ਲੇਖ ਲਿਖ ਦੇ। ਵਾਹਿਗੁਰੂ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੇਖੋ ਜੀ, ਮਾਤਾ 90 ਸਾਲ ਤੋਂ ਉੱਪਰ ਹੈ ਪਰ ਫਿਰ ਵੀ ਉਹਨਾਂ ਵਿੱਚ ਸ਼ਰਧਾ ਭਾਵਨਾ ਇੰਨੀ ਕੁ ਜ਼ਿਆਦਾ ਕਿ ਉਹਨਾਂ ਦੀ ਆਵਾਜ਼ ਤੋਂ ਲੱਗ ਰਿਹਾ ਕਿ ਇੰਨੀ ਆਵਾਜ਼ ਬੁਲੰਦ ਮੈਨੂੰ ਨਹੀਂ ਲੱਗਦਾ ਕਿ ਕਿਸੇ ਨੌਜਵਾਨ ਦੀ ਵੀ ਹੋਊਗੀ ਜਿੰਨੀ ਉਹਨਾਂ ਦੀ ਆਵਾਜ਼ ਸੁਰੀਲੀ ਆ। ਛੋਟੇ ਬੱਚਿਆਂ ਦੀ ਗੱਲ ਕਰੀਏ ਤਾਂ ਛੋਟੇ ਬੱਚੇ ਵੀ ਬਹੁਤ ਸ਼ਰਧਾ ਔਰ ਭਾਵਨਾ ਨਾਲ ਗੁਰਦੁਆਰਾ ਸਾਹਿਬ ਪਹੁੰਚੇ ਨੇ, ਇੱਥੇ ਸੇਵਾ ਕਰ ਰਹੇ ਨੇ, ਲੰਗਰ ਦੀ ਸੇਵਾ ਚੱਲ ਰਹੀ ਹੈ, ਜੋੜਿਆਂ ਦੀ ਸੇਵਾ ਚੱਲ ਰਹੀ, ਬਹੁਤ ਤਰ੍ਹਾਂ ਦੀ ਸੇਵਾ ਚੱਲ ਰਹੀ ਹੈ ਜਿਹੜੀ ਕਿ ਬੱਚੇ ਵੀ ਕਰ ਰਹੇ ਨੇ। ਤਾਂ ਸਾਡੇ ਨਾਲ ਇੱਕ ਛੋਟੀ ਜਿਹੀ ਬੱਚੀ ਆ, ਉਹਦੇ ਨਾਲ ਗੱਲਬਾਤ ਕਰਦੇ ਹਾਂ। ਹਾਂਜੀ, ਅੱਜ ਸਿੱਖਾਂ ਦੇ ਪਹਿਲੇ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਅੱਜ ਗੁਰਪੁਰਬ ਹੈ, ਕੀ ਕਹਿਣਾ ਚਾਹੁੰਦੇ?
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅੱਜ ਅਸੀਂ ਇੱਥੇ ਸੋਹਾਣਾ ਗੁਰਦੁਆਰਾ ਸਾਹਿਬ ਆਏ ਹਨ ਅਤੇ ਇੱਥੇ ਸਾਨੂੰ ਆ ਕੇ ਬਹੁਤ ਆਨੰਦ ਮਿਲਿਆ ਹੈ। ਅਸੀਂ ਨੇ ਇੱਥੇ ਬਹੁਤ ਸਾਰੀ ਮੋਮਬੱਤੀਆਂ ਵੀ ਜਗਾਈਆਂ ਹਨ ਅਤੇ ਅੱਜ ਗੁਰਪੁਰਬ ਹੈ ਗੁਰੂ ਨਾਨਕ ਦੇਵ ਜੀ ਦਾ, ਤਾਂ ਸਾਨੂੰ ਇੱਥੇ ਆ ਕੇ ਬਹੁਤ ਆਨੰਦ ਮਿਲਿਆ। ਓਕੇ, ਅਤੇ ਇੱਥੇ ਤੁਸੀਂ ਸੇਵਾ ਵੀ ਕੀਤੀ ਆ? ਹਾਂਜੀ। ਕਾਹਦੀ ਸੇਵਾ ਕੀਤੀ? ਅਸੀਂ ਨੇ ਲੰਗਰ ਦੇ ਵਿੱਚ ਸੇਵਾ ਕੀਤੀ ਆ ਅਤੇ ਮੈਂ ਉੱਥੇ ਪ੍ਰਸ਼ਾਦਾ ਦਿੱਤਾ ਅਤੇ ਓਕੇ। ਅਤੇ ਇਸ ਦੇ ਨਾਲ ਹੀ ਆਪਾਂ ਵੱਡਿਆਂ ਨਾਲ ਵੀ ਗੱਲਬਾਤ ਕਰ ਲੈਂਦੇ ਹਾਂ। ਹਾਂਜੀ, ਅੱਜ ਗੁਰਪੁਰਬ ਹੈ, ਕੀ ਕਹਿਣਾ ਚਾਹੁੰਦੇ? ਬਸ ਜੀ, ਮੁਬਾਰਕਾਂ ਜੀ ਗੁਰਪੁਰਬ ਦੀਆਂ। ਬਈ ਸਾਰੀ ਸੰਗਤਾਂ ਗੁਰੂ ਘਰੇ ਨਮਸਕਾਰ ਕਰੋ ਜੀ, ਆਪਣੇ ਜੀ ਪਿੰਡ ਵਿੱਚ ਵੀ ਕਰੋ, ਬਾਹਰ ਵੀ ਕਰੋ, ਇੱਥੇ ਸ਼ਹੀਦਾਂ ਦੇ ਸਥਾਨ 'ਤੇ ਆ ਕੇ ਖੁਸ਼ ਹੋ ਜੀ। ਓਕੇ, ਤੁਸੀਂ ਸੇਵਾ ਕਰ ਰਹੇ ਸੀ? ਹਾਂਜੀ ਹਾਂਜੀ। ਕਾਹਦੀ ਸੇਵਾ ਕਰ ਰਹੇ? ਜੋੜੇ ਕਰਕੇ ਸੇਵਾ ਹੁੰਦੀ ਸਾਡੇ ਕੋਲ 10,000, ਜਿਵੇਂ ਵੀ ਗੁਰਪੁਰਬ ਹੋਏ ਨਵਾਂ ਸਾਲ ਹੋਏ, ਕੋਈ ਪ੍ਰੋਗਰਾਮ ਹੋਏ ਉਦਣ ਹੁੰਦੀ ਜੀ। ਓਕੇ, ਅਤੇ ਗੁਰਪੁਰਬ ਤੋਂ ਕਿੰਨੇ ਕੁ ਦਿਨ ਪਹਿਲਾਂ ਦੀਆਂ ਤਿਆਰੀਆਂ ਚੱਲ ਰਹੀਆਂ? ਮੈਡਮ, ਇਹ ਨਾ ਦੋ ਗੁਰਪੁਰਬ ਆ ਗਏ, ਇੱਕ ਬਾਬਾ ਜਥੇਦਾਰ ਬਾਬਾ ਹਨੂੰਮਾਨ ਸਿੰਘ ਜੀ ਨੇ ਗੁਰਦੁਆਰਾ ਬਣੇ ਹੋਏ ਜਿਹਨਾਂ ਨਾਂ ਦੇ, ਉਹਨਾਂ ਦੇ 3 ਤਰੀਕ ਨੂੰ ਹੈ ਬਈ, ਤਾਂ ਕਰਕੇ ਦੋਨੋਂ ਹੀ ਇਕੱਠੀਆਂ ਚੱਲ ਰਹੀਆਂ ਜੀ। ਅੰਦਰ ਵੀ ਤਿਆਰੀ ਹੋ ਰਹੀ ਹੈ, ਚੁੰਨੇ ਚੰਨੇ ਲੱਗ ਰਹੀਆਂ ਜੀ। ਹਾਂਜੀ, ਫੁੱਲਾਂ ਦੀ ਵੀ ਡੈਕੋਰੇਸ਼ਨ ਹੋ ਰਹੀ ਹੈ ਜੀ। ਗੁਰੂ ਸਾਹਿਬਾਨ ਨੇ ਇੱਕ ਸੁਨੇਹਾ ਦਿੱਤਾ ਸੀਗਾ, ਨਾਮ ਜਪੋ, ਕੀਰਤ ਕਰੋ, ਪੰਜ ਛਕੋ। ਹਾਂਜੀ, ਉਹ ਕਰੇ ਰਹੇ ਜੀ, ਆਪਣੇ ਆਪਣੇ ਧਰਮ ਆ, ਜਿਹੜਾ ਵੀ ਕਿਸੇ ਮੈਂ ਉਹ ਆਪਣੇ ਆਪਣੇ ਮੈਂ ਕਰੇ ਰਿਹਾ ਜੀ। ਜਿਹੜਾ ਸਿੱਖ ਮੈਂ ਸਿੱਖ ਮੈਂ ਕਰ ਰਿਹਾ, ਜਿਹੜਾ ਹਿੰਦੂ ਆ ਹਿੰਦੂ ਮੈਂ ਕਰ ਰਿਹਾ ਜੀ, ਮੁਸਲਮਾਨ ਆਪਣੇ ਮੁਸਲਮਾਨ ਮੈਂ ਕਰ ਰਿਹਾ ਜੀ। ਹਾਂਜੀ, ਅਤੇ ਤੁਸੀਂ ਵੀ ਇੱਥੇ ਅੱਜ ਪਹੁੰਚੇ ਹੋ ਗੁਰਦੁਆਰਾ ਸਾਹਿਬ, ਅਤੇ ਕਿੰਨਾ ਕੁ ਆਨੰਦ ਆ ਰਿਹਾ ਗੁਰਪੁਰਬ? ਅਸੀਂ ਸਲਾਮ ਤੋਂ ਆਏ ਹਾਂ ਅਤੇ ਅਸੀਂ ਮਸਤਕ ਹੁਣ ਆਏ ਹਾਂ, ਉਸ 'ਤੇ ਮੱਥਾ ਟੇਕਿਆ ਸੀ, ਬੜੀ ਮਨ ਨੂੰ ਸ਼ਾਂਤੀ ਮਿਲੀ ਅਤੇ ਗੁਰੂ ਸਾਹਿਬ ਦੇ ਪੈਗਾਮੇ ਦੇ ਚੱਲਣ ਸਭ ਨੂੰ ਤਵੀ ਲਈ ਬਸ। ਅਤੇ ਜਦੋਂ ਆਪਾਂ ਸਵੇਰੇ ਉੱਠਦੇ ਹਾਂ, ਨਿਤਨੇਮ ਕਰਦੇ ਹਾਂ, ਤਾਂ ਆਪਾਂ ਇੱਕੋ ਹੀ ਅਰਦਾਸ ਕਰਦੇ ਹਾਂ ਪਰਮਾਤਮਾ ਦੇ ਚਰਨਾਂ 'ਚ ਕਿ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬ ਦਾ ਭਲਾ, ਸਭ ਦਾ ਭਲਾ ਹੋਣਾ ਚਾਹੀਦਾ ਜੀ। ਇਹੀ ਅਰਦਾਸ ਕਰਦੇ ਹਾਂ ਵੀ ਕਿਸੇ ਤੋਂ ਕੋਈ ਗਲਤ ਕੰਮ ਨਾ ਹੋਵੇ, ਸਭ ਦਾ ਹੀ ਭਲਾ ਹੋਵੇ। ਠੀਕ ਆ ਜੀ, ਇਸੇ ਦੇ ਨਾਲ ਹੀ ਆਪਾਂ ਅੱਗੇ ਗੱਲਬਾਤ ਕਰਦੇ ਹਾਂ। ਹਾਂਜੀ, ਤੁਸੀਂ ਕਿੱਥੋਂ ਆਏ ਹੋ? ਨਵਜੀਤ ਸਿੰਘ ਹੈ ਜੀ ਮੇਰਾ ਨਾਮ। ਮੈਂ ਵੈਸੇ ਬੇਸਿਕਲੀ ਸ਼੍ਰੀ ਮੁਕਤਸਰ ਸਾਹਿਬ ਤੋਂ ਹੈ, ਪਰ ਇਸ ਟਾਈਮ ਮੋਹਾਲੀ ਰਹਿ ਰਹੇ ਹਾਂ। ਅੱਜ ਗੁਰੂ ਸਾਹਿਬ ਦਾ ਗੁਰਪੁਰਬ ਹੈ, ਸਮੂਹ ਸਾਧ ਸੰਗਤ ਨੂੰ ਲੱਖ ਲੱਖ ਵਧਾਈਆਂ ਤੁਹਾਡੇ ਚੈਨਲ ਦੇ ਥਰੂ। ਅਸੀਂ ਸਾਰੇ ਸੰਸਾਰ ਦੇ ਵਿੱਚ ਵਸਦੇ ਨਾਨਕ ਨਾਮ ਨੇਵਾ ਸੰਗਤ ਨੂੰ ਜੀ ਆਇਆਂ ਆਖਦੇ ਹਾਂ। ਇੱਥੇ ਸੋਹਾਣਾ ਸਾਹਿਬ ਬਹੁਤ ਇਕੱਠ ਹੈ, ਬੜੀ ਸ਼ਰਧਾ ਨਾਲ ਸਾਰੇ ਪਰਿਵਾਰ ਸਾਰੀ ਸੰਗਤ ਇੱਥੇ ਮੱਥਾ ਟੇਕਣ ਆ ਰਹੀ ਹੈ। ਅਤੇ ਇਸ ਗੁਰੂ ਨਾਨਕ ਸਾਹਿਬ ਦੇ ਗੁਰਪੁਰਬ 'ਤੇ ਆਪਾਂ ਨੂੰ ਸਾਰਿਆਂ ਨੂੰ ਉਹਨਾਂ ਨੂੰ ਉਪਦੇਸ਼ਾਂ ਨੂੰ ਮੰਨਣਾ ਚਾਹੀਦਾ। 3 ਉਪਦੇਸ਼ ਹੈ, ਬੜਾ ਸਾਰੇ ਦੇ ਸਾਰੇ ਹੀ ਉਹਦੇ 'ਚ ਕਵਰ ਹੋ ਜਾਂਦਾ। ਕਿਰਤ ਕਰੋ, ਨਾਮ ਜਪੋ ਅਤੇ ਵੰਡ ਛਕੋ। ਹਾਂਜੀ, ਅਤੇ ਤੁਸੀਂ ਇੱਥੇ ਫੈਮਿਲੀ ਨਾਲ ਆਏ ਹੋ? ਹਾਂਜੀ, ਫੈਮਿਲੀ ਨਾਲ ਆਏ ਹਾਂ। ਕਹਿੰਦੇ ਬਹੁਤ ਹੀ ਭਾਗਾਂ ਵਾਲੀਆਂ ਹੁੰਦੀਆਂ ਨੇ ਉਹ ਰੂਹਾਂ ਜਿਹੜੀਆਂ ਗੁਰੂ ਘਰ ਵਿੱਚ ਆ ਕੇ ਨਤਮਸਤਕ ਹੁੰਦੀਆਂ ਨੇ, ਗੁਰੂ ਦੀ ਸੇਵਾ ਕਰਦੀਆਂ ਨੇ ਅਤੇ ਗੁਰੂ ਦੇ ਦਿੱਤੇ ਉਦੇਸ਼ਾਂ 'ਤੇ ਚੱਲਦੀਆਂ ਨੇ। ਅਤੇ ਇਸ ਦੇ ਨਾਲ ਹੀ ਇੱਕ ਵਾਰੀ ਫਿਰ ਤੋਂ ਸਾਡੇ ਵੱਲੋਂ ਤੁਹਾਨੂੰ ਗੁਰਪੁਰਬ ਦੀਆਂ ਲੱਖ ਲੱਖ ਮੁਬਾਰਕਾਂ। ਧੰਨਵਾਦ।